ਵਧੀਆ ਕੰਟਰੋਵਰਸੀਜ਼। ਇੱਕ ਵਾਰ ਫਿਰ ਤੋਂ ਸ਼ਾਹਕੋਟ ਫਿਲਮ ਨੂੰ ਬੈਨ ਕਰਨ ਦੀ ਕੀਤੀ ਗਈ ਮੰਗ। ਜੀ ਹਾਂ, ਰੀਸੈਂਟਲੀ ਜਿੱਥੇ ਕਿ ਸੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਕਿ ਹਿੰਦੂ ਆਗੂ ਇਸ ਫਿਲਮ ਨੂੰ ਰਿਲੀਜ਼ ਕਰਨ ਦੇ ਖਿਲਾਫ ਸਨ, ਇਸ ਫਿਲਮ ਦਾ ਵਿਰੋਧ ਕਰ ਰਹੇ ਸੀ। ਹੁਣ ਇਹ ਵਿਰੋਧ ਹੋਰ ਵੀ ਜ਼ਿਆਦਾ ਅੱਗ ਫੜਦਾ ਹੋਇਆ, ਹੋਰ ਵੀ ਜ਼ਿਆਦਾ ਵੱਡਾ ਹੁੰਦਾ ਹੋਇਆ ਨਜ਼ਰ ਆ ਰਿਹਾ। ਸ਼ਾਹਕੋਟ ਫਿਲਮ ਦੇ ਵਿਰੋਧ ਦੇ ਵਿੱਚ ਕਈ ਸਾਰੀਆਂ ਚੀਜ਼ਾਂ ਨੇ ਜੋ ਕੀਤੀਆਂ ਜਾ ਰਹੀਆਂ ਨੇ ਹਿੰਦੂ ਆਗੂਆਂ ਦੇ ਵੱਲੋਂ। ਇੰਨਾ ਹੀ ਨਹੀਂ, ਹਿੰਦੂ ਆਗੂਆਂ ਦੇ ਵੱਲੋਂ ਰੋਸ ਜਤਾਉਂਦੇ ਹੋਏ ਸ਼ਾਹਕੋਟ ਫਿਲਮ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ। ਦੱਸ ਦਈਏ ਕਿ ਇਸ ਫਿਲਮ ਦੇ ਪੋਸਟਰਸ ਨੂੰ ਜਲਾਇਆ ਗਿਆ ਤੇ ਨਾਲ ਹੀ ਅਪੀਲ ਕੀਤੀ ਗਈ ਕਿ ਦੇਸ਼ ਵਿਰੋਧੀ ਫਿਲਮ ਨੂੰ ਬੈਨ ਕੀਤਾ ਜਾਵੇ, ਦੇਸ਼ ਵਿਰੋਧੀ ਫਿਲਮ ਹਾਏ ਹਾਏ। ਇੰਨਾ ਹੀ ਨਹੀਂ, ਦੱਸ ਦਈਏ ਕਿ ਕਾਫੀ ਸਾਰੇ ਹੋਰ ਵੀ ਨਾਰੇ ਲਗਾਏ ਗਏ ਜਿਸ ਦੇ ਵਿੱਚ ਕਿ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਤੇ ਨਾਲ ਹੀ ਹਿੰਦੂ ਆਗੂਆਂ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕੀ ਕਿਹਾ ਜਾ ਰਿਹਾ ਕਿ ਕੁਝ ਲੋਕ ਆਪਣੀ ਪਬਲਿਸਿਟੀ ਦੇ ਲਈ ਇੰਨਾ ਗਿਰ ਜਾਂਦੇ ਨੇ, ਇਹ ਭੁੱਲ ਗਏ ਕਿ ਪਾਕਿਸਤਾਨ ਉਹ ਦੇਸ਼ ਹੈ ਜਿਸ ਨੇ ਕਾਰਗਿਲ ਅਟੈਕ ਦੇ ਵਿੱਚ ਸਾਡੇ ਸੈਨਿਕਾਂ ਦਾ ਕਤਲ ਕੀਤਾ, ਸਾਡੇ ਸੈਨਿਕਾਂ ਦਾ ਗਲਾ ਵੱਢ ਕੇ ਲੈ ਗਏ, ਤੇ ਇਸ ਦੇ ਨਾਲ ਹੀ ਜਿਨ੍ਹਾਂ ਨੇ ਪੁਲਵਾਮਾ ਅਟੈਕ ਕਰਾਇਆ, ਜਿਨ੍ਹਾਂ ਨੇ ਮੁੰਬਈ ਅਟੈਕ ਕਰਾਇਆ। ਸੋ ਪਾਕਿਸਤਾਨ ਉਹ ਕੰਟਰੀ ਹੈ, ਤੁਸੀਂ ਕਿਵੇਂ ਭੁੱਲ ਜਾਂਦੇ ਹੋ? ਅਜਿਹਾ ਕਹਿਣਾ ਹੈ ਜੀ ਹਿੰਦੂ ਆਗੂਆਂ ਦਾ, ਜੋ ਕਿ ਚਾਹੁੰਦੇ ਨੇ ਕਿ ਇਹ ਫਿਲਮ ਬਾਈਕਾਟ ਕੀਤੀ ਜਾਵੇ, ਇਸ ਫਿਲਮ ਨੂੰ ਨਾ ਦੇਖਿਆ ਜਾਵੇ, ਤੇ ਨਾਲ ਹੀ ਇਸ ਫਿਲਮ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਤੇ ਇਸ ਫਿਲਮ ਦੇ ਪੋਸਟਰਸ ਨੂੰ ਜਲਾਇਆ ਗਿਆ। ਇਸ ਫਿਲਮ ਦੇ ਪੋਸਟਰਸ ਨੂੰ ਜਲਾਉਂਦੇ ਹੋਏ ਨਾਰੇਬਾਜ਼ੀ ਕੀਤੀ ਗਈ, ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੋਸ ਵੀ ਜਤਾਇਆ ਗਿਆ। ਇਸ ਦੀ ਵੀਡੀਓ ਕਲਿੱਪ ਨੂੰ ਤੁਸੀਂ ਆਪਣੀਆਂ ਸਕਰੀਨਸ ਦੇ ਉੱਤੇ ਵੇਖ ਸਕਦੇ ਹੋ ਕਿ ਇਹਨਾਂ ਦਾ ਕੀ ਕਹਿਣਾ ਹੈ, ਕੀ ਮੰਗ ਇਹਨਾਂ ਦੀ ਤੇ ਕਿਸ ਕਿਸ ਗੱਲ ਤੇ ਰੋਸ ਜਤਾ ਰਹੇ ਨੇ। ਪਰ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਹੋ ਰਹੇ ਨੇ ਤੇ ਦੱਸ ਦਈਏ ਕਿ ਇੱਕ ਹੋਰ ਹਿੰਦੂ ਆਗੂ ਜਿਨ੍ਹਾਂ ਦਾ ਨਾਮ ਅਮਿਤ ਅਰੋੜਾ ਹੈ, ਉਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਤੇ ਨਾਲ ਹੀ ਸਾਰੇ ਪੰਜਾਬੀ ਫਿਲਮ ਸ਼ਾਹਕੋਟ ਦਾ ਵਿਰੋਧ ਕਰਨ ਤੇ ਗੁਰੂ ਰੰਧਾਵਾ ਦਾ DNA ਚੈੱਕ ਕਰਵਾਇਆ ਜਾਵੇ। ਅਜਿਹਾ ਬਿਆਨ ਆਇਆ ਹੈ ਅਮਿਤ ਅਰੋੜਾ ਦਾ, ਉਹਨਾਂ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਇਹ ਕੈਪਸ਼ਨ ਲਿਖਦੇ ਹੋਏ ਇੱਕ ਵੀਡੀਓ ਕਲਿੱਪ ਨੂੰ ਸਾਂਝਾ ਕੀਤਾ ਤੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਫਿਲਮ ਨੂੰ ਨਾ ਦੇਖਿਆ ਜਾਵੇ, ਇਸ ਫਿਲਮ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਗਈ ਹੈ ਅਮਿਤ ਅਰੋੜਾ ਦੇ ਵੱਲੋਂ। ਸੋ ਤੁਹਾਡਾ ਕੀ ਕਹਿਣਾ ਹੈ ਜੀ, ਕਮੈਂਟ ਕਰਕੇ ਸ਼ੇਅਰ ਕਰੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ।